ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਪੇਸ਼ੈਂਟ ਨੇ ਜੀ ਪੂਜਾ, ਵਾਈਫ ਆਫ ਰਮੇਸ਼। ਇਹ ਰਾਜਸਥਾਨ ਤੋਂ ਬਿਲੋਂਗ ਕਰਦੇ ਨੇ, ਰਾਜਸਥਾਨ ਦੇ ਰਹਿਣ ਵਾਲੇ ਨੇ। ਇਹਨਾਂ ਦੇ ਵਿਆਹ ਨੂੰ ਜੀ 13 ਸਾਲ ਹੋ ਗਏ ਸੀਗੇ, ਪਰ ਇਹਨਾਂ ਦੇ ਕੋਈ ਵੀ ਬੱਚਾ ਨਹੀਂ ਸੀਗਾ, ਕੋਈ ਔਲਾਦ ਨਹੀਂ ਸੀ ਇਹਨਾਂ ਦੇ। ਇਹਨਾਂ ਨੇ ਕਾਫੀ ਜਗ੍ਹਾ ਤੋਂ ਜਿਹੜਾ ਬੱਚੇ ਦਾ ਟ੍ਰੀਟਮੈਂਟ ਲਿਆ, ਕਾਫੀ ਦਵਾਈਆਂ ਖਾਧੀਆਂ, ਕਾਫੀ ਡਾਕਟਰਾਂ ਨੂੰ ਮਿਲੇ, ਪਰ ਕਿਤੋਂ ਵੀ ਇਹਨਾਂ ਨੂੰ ਜਿਹੜਾ ਸੰਤਾਨ ਦਾ ਸੁੱਖ ਪ੍ਰਾਪਤ ਨਹੀਂ ਹੋਇਆ। ਉਸ ਤੋਂ ਬਾਅਦ ਜੀ ਇਹਨਾਂ ਦੇ ਕਿਸੇ ਜਾਣਕਾਰ ਨੇ, ਜਿਨ੍ਹਾਂ ਦੇ ਇੱਥੋਂ ਡਾਕਟਰ ਸੁਮਿਤਾ ਸੋਫਰ ਤੋਂ ਪਹਿਲਾਂ ਹੀ ਬੱਚਾ ਹੋ ਚੁੱਕਿਆ ਸੀ, ਇਹਨਾਂ ਦੇ ਜਾਣਕਾਰ ਨੇ ਇਹਨਾਂ ਨੂੰ ਡਾਕਟਰ ਸੁਮਿਤਾ ਸੋਫਰ ਹੋਸਪਿਟਲ ਬਾਰੇ ਦੱਸਿਆ ਅਤੇ ਨੈੱਟ 'ਤੇ ਵੀ ਇਹਨਾਂ ਨੂੰ ਉਹਨਾਂ ਦੀਆਂ ਵੀਡੀਓਜ਼ ਦਿਖਾਈਆਂ। ਜਿਨ੍ਹਾਂ ਵੀਡੀਓਜ਼ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਵੀਡੀਓਜ਼ ਤੋਂ ਇਹਨਾਂ ਨੂੰ ਆਸ ਦੀ ਕਿਰਨ ਬੱਝੀ ਅਤੇ ਇਹ ਡਾਕਟਰ ਸੁਮਿਤਾ ਸੋਫਰ ਹੋਸਪਿਟਲ ਵਿੱਚ ਆਏ, ਜਿੱਥੇ ਕਿ ਡਾਕਟਰ ਸੁਮਿਤਾ ਸੋਫਰ ਜੀ ਨੇ ਇਹਨਾਂ ਦਾ ਇਲਾਜ ਜਿਹੜਾ ਕਰਨਾ ਸ਼ੁਰੂ ਕੀਤਾ। ਉਸ ਤੋਂ ਜੀ ਇਲਾਜ ਤੋਂ 3 ਤੋਂ 4 ਮਹੀਨੇ ਦੇ ਅੰਦਰ ਜਿਹੜੀ ਇਹਨਾਂ ਦੀ ਬੱਚੇ ਦੀ ਰਿਪੋਰਟ ਹੈ ਉਹ ਪੋਜ਼ਿਟਿਵ ਆ ਗਈ ਸੀ, ਅਤੇ ਹੁਣ 19 ਨਵੰਬਰ 2022 ਨੂੰ ਉਹ ਰਿਪੋਰਟ ਦੇ ਸਦਕਾ, ਉਹ ਰਿਪੋਰਟ ਦੇ ਰਿਜ਼ਲਟ ਤੋਂ ਇਹਨਾਂ ਦੇ ਘਰ ਲੜਕੇ ਨੇ ਜਨਮ ਲਿਆ। ਇਹ ਸਾਰਾ ਪਰਿਵਾਰ ਆਪਣੇ ਵੱਲੋਂ ਡਾਕਟਰ ਸੁਮਿਤਾ ਸੋਫਰ ਜੀ ਦਾ ਅਤੇ ਸਾਰੇ ਸਟਾਫ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ।